ਸਤਿ ਸ਼੍ਰੀ ਅਕਾਲ ਜੀ, ਜੈਜ਼ੀ ਬੀਬੀ ਵੱਲੋਂ। ਅਤੇ ਲਓ ਜੀ, ਆਪਾਂ ਅੱਜ ਜਿਹੜੀ ਗੇਮ ਖੇਡ ਰਹੇ ਹਾਂ, ਗੇਮ ਕਹਿ ਲਓ ਜਾਂ ਮੈਮਰੀ ਕਹਿ ਲਓ, ਫੋਟੋ ਮੈਮਰੀ ਆ। ਫੋਟੋਆਂ ਆਉਣਗੀਆਂ ਇੱਥੇ ਅਤੇ ਮੈਂ ਤੁਹਾਨੂੰ ਦੱਸਾਂਗਾ ਵੀ ਉਹ ਫੋਟੋਆਂ ਦਾ ਮੇਰੀ ਲਾਈਫ ਦੇ ਵਿੱਚ ਕੀ ਮਕਸਦ ਆ। ਸੋ ਲਓ ਜੀ, ਖੇਡੀਏ ਫਿਰ। ਦੇਖਦੇ ਹਾਂ ਜੀ ਆਪਾਂ ਪਹਿਲਾਂ ਕਿਹੜੀ ਫੋਟੋ ਆਉਂਦੀ ਆ। ਇਹ ਫੋਟੋ ਜੀ ਉਤਮਲ ਉਤਮਲ ਸਨ ਜੂਬਨ ਬੈਂਸ ਏ ਕੇ ਏ ਲਿਲ ਜੇ ਬੀ। ਉਹਨੂੰ ਬਹੁਤ ਪ੍ਰਾਊਡ ਹੋਇਆ ਵੈਸੇ ਵੀ ਮੈਂ ਜੈਜ਼ੀ ਬੀ ਹਾਂ, ਲੇਕਿਨ ਉਹਨੂੰ ਕੋਈ ਫਰਕ ਨਹੀਂ ਵੀ ਮੈਂ ਜੈਜ਼ੀ ਬੀ ਹਾਂ। ਇੱਕ ਦਿਨ ਅਸੀਂ ਏਅਰਪੋਰਟ 'ਤੇ ਆ ਰਹੇ ਸੀ ਅਤੇ ਮੈਨੂੰ ਕਹਿੰਦਾ ਡੈਡ ਕੈਨ ਯੂ ਗੈਟ 9 to 5 ਜੋਬ, ਮਤਲਬ ਹੀ ਜਸ ਵਾਂਟ ਸਪੈਂਡ ਟਾਈਮ ਵਿਦ ਮੀ। ਸੋ ਬਹੁਤ ਇਮੋਸ਼ਨਲ ਹੋ ਜਾਂਦਾ ਜਦੋਂ ਵੀ ਮੈਂ ਏਅਰਪੋਰਟ ਨੂੰ ਆਉਣਾ ਅਤੇ ਜਸ ਹਗਸ ਮੀ ਐਂਡ ਮਿਸਿਸ ਮੀ, ਲਵ ਯੂ ਸਨ। ਓਕੇ, ਅਗਲੀ ਫੋਟੋ ਦੇਖਦੇ। ਅੱਛਾ ਜੀ, ਇਹ ਸਾਰੇ ਸਾਡੇ ਯਾਰ ਦੋਸਤ ਨੇ, ਸੱਜਣ ਮਿੱਤਰ ਨੇ, ਪਹਿਲਾਂ ਤੋਂ ਬਿਲੀਵ ਕੀਤਾ ਯਾਰੀਆਂ ਦੇ ਵਿੱਚ, 25-25 ਸਾਲ 30-30 ਸਾਲ ਪੁਰਾਣੇ ਯਾਰ ਦੋਸਤ ਨੇ ਸਾਰੇ ਸੱਜਣ ਮਿੱਤਰ ਨੇ। ਮਨੀ ਦੇ ਵਿਆਹ ਤੋਂ ਪਹਿਲਾਂ ਇਕੱਠੇ ਹੋਏ ਸੀਗੇ ਆਪਾਂ ਸਾਰੇ, ਗਗਨ ਹੋਣੀ ਆਪਣੇ, ਚਮਕੌਰ, ਗੁੱਗਾ ਬਾਈ ਹੋਣੀ, ਸਾਰੇ ਯਾਰਾਂ ਦੀ ਮਹਿਫਲ, ਯਾਰਾਂ ਦੀ ਢਾਣੀ। ਓਕੇ, ਇਹ ਮੇਰੀ ਵੀ ਫੇਵਰੇਟ ਫੋਟੋ ਆ ਕਿਉਂਕਿ ਮੈਂ ਆਪਣੀ ਫੇਵਰੇਟ ਟੀਮ ਦੀ ਟੀ ਸ਼ਰਟ ਪਾਈ ਹੋਈ ਆ। ਲਿਵਰਪੂਲ ਨੂੰ ਮੈਂ ਸਪੋਰਟ ਕਰਦਾ, ਫੁੱਟਬਾਲ ਨੂੰ ਬਹੁਤ। ਔਰ ਗੋਗਾ ਧਾਲੀਵਾਲ ਵਨ ਆਫ ਮਾਈ ਬੈਸਟ ਫਰੈਂਡ ਚਮਕੌਰ ਦਸਾਂਝ ਫੋਟੋ ਦੇ ਵਿੱਚ ਦਿਸਦੇ ਨੇ ਸਾਰਿਆਂ ਨੇ, ਅਸੀਂ ਮਤਲਬ ਉਦੋਂ ਟੋਰਚ ਔਰ ਆਪਣੇ ਛਿੱਤੋਂ ਕੱਢੀ ਹੋਈ ਸੀ, ਇਸ ਕਰਕੇ ਫੋਟੋ ਖਿੱਚੀ ਗਈ ਹੈ। ਹਾਂ, ਆਹ ਜਿਹੜੀ ਫੋਟੋ ਆ ਮੈਨੂੰ ਯਾਦ ਆ ਜਦੋਂ ਮੈਂ ਦਾੜੀ ਦੀ ਲੁੱਕ ਵਧਾਈ ਸੀਗੀ, ਧਾਰਮਿਕ ਪ੍ਰੋਗਰਾਮ ਸੀਗਾ ਅਕਸਰ ਕਿਉਂਕਿ ਮੈਂ ਬਹੁਤ ਘੱਟ ਧਾਰਮਿਕ ਪ੍ਰੋਗਰਾਮ ਲਾਉਣਾ, ਲੇਕਿਨ ਜਦੋਂ ਲਾਈਦੇ ਆ ਫਿਰ ਪ੍ਰੋਪਰ ਉਸ ਬਾਣੇ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੀਦੀ ਆ। ਉਦੋਂ ਦਸਤਾਰ ਵੀ ਸਜਾਈ ਗਈ, ਸਾਰੇ ਮੁੰਡਿਆਂ ਨੇ ਵੀ ਨਾਲ ਪੱਗਾਂ ਬੰਨੀਆਂ ਨੇ। ਸੋ ਬਹੁਤ ਵਧੀਆ ਲੱਗਦਾ ਫਿਰ, ਇਸ ਰੂਪ ਨੂੰ ਲੋਕ ਕਾਫੀ ਪਸੰਦ ਕਰਦੇ ਨੇ। ਓਏ ਹੋਏ ਹੋਏ ਹੋਏ, ਇੱਥੋਂ ਤਾਂ ਕਹਾਣੀ ਸ਼ੁਰੂ ਹੋਈ ਸੀ। ਇਹ ਮਤਲਬ ਦੇਖ ਕੇ ਉਹ ਆ ਜਾਂਦੇ ਆ, ਸ਼ਿਵਰਿੰਗ ਜੀ ਨਹੀਂ ਹੋ ਜਾਂਦੀ ਬੰਦੇ ਨੂੰ, ਫਲੈਸ਼ਬੈਕ। ਇਹ 92 ਦੇ ਵਿੱਚ ਜਦੋਂ 93 'ਚ ਐਲਬਮ ਆਉਣੀ ਸੀ, ਉਹ ਤੋਂ ਪਹਿਲਾਂ ਅਸੀਂ ਫੋਟੋ ਖਿੱਚੀ ਸੀ ਇਹ ਵੈਨਕੂਵਰ ਦੇ ਵਿੱਚ ਵਾਟਰ ਪਾਰਕ ਦੇ ਵਿੱਚ। ਅਤੇ ਇਹ ਜਿਹੜਾ ਪਹਿਲਾ ਪੋਸਟਰ ਮੈਂ ਆਪਣੇ ਹੱਥੀਂ, ਉੱਥੇ ਮੇਨ ਸਟਰੀਟ ਹੁੰਦੀ ਸੀ ਜਦੋਂ ਵਿਸਾਖੀ ਦੇ ਉੱਤੇ ਨਗਰ ਕੀਰਤਨ ਹੁੰਦਾ ਸੀ, ਆਪਣੇ ਹੱਥੀਂ ਪੋਸਟਰ ਲਾਏ ਸੀ ਹੂ ਇਜ਼ ਜੈਜ਼ੀ ਬੀ। ਅਤੇ ਲੋਕ ਪੁੱਛਦੇ ਸੀ ਕੌਣ ਆ ਭਾਈ। ਆਹ, ਦਿਸ ਇਜ਼ ਵਨ ਮਾਈ ਫੇਵਰੇਟ ਪਿਕਚਰ। ਜੱਟ ਮੌਜਾਂ ਕਰਦਾ ਹੈ, ਉਹਦੀ ਸ਼ੂਟਿੰਗ ਸੀਗੀ ਅਤੇ ਉਸਤਾਦ ਜੀ ਉਹਦੇ ਵਿੱਚ ਫਿਊਚਰ ਸੀਗੇ। ਉਸਤਾਦ ਜੀ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਸੀ ਕਿਉਂਕਿ ਉਹਨਾਂ ਦਾ ਜ਼ਿਕਰ ਹੁੰਦਾ ਹਮੇਸ਼ਾ ਗੀਤਾਂ ਦੇ ਵਿੱਚ। ਅਤੇ ਅਸੀਂ ਇਹ ਕੁਦਰਤੀ ਕੈਪਚਰ ਕੀਤੀ ਗੋਗੇ ਨੇ, ਅਸੀਂ ਬੈੱਡ ਦੇ ਉੱਤੇ ਬੈਠੇ ਗੱਲਾਂ ਬਾਤਾਂ ਕਰਦੇ ਸੀ ਬਹੁਤ ਡੀਪ, ਜਿੱਦਾਂ ਉਹ ਸਮਝਾਉਂਦੇ ਰਹਿੰਦੇ ਸੀ ਮੈਨੂੰ ਜਦੋਂ ਵੀ ਮਿਲਣਾ ਗੱਲਾਂ ਸਮਝਾਈ ਜਾਣੀਆਂ। ਅਤੇ ਉਹ ਇਸ ਕੈਪਚਰ ਇਨ ਜਸਟ ਬਿਊਟੀਫੁਲ ਮੂਮੈਂਟਸ, ਵਨ ਆਫ ਮਾਈ ਫੇਵਰੇਟ ਪਿਕਚਰ। ਓਕੇ, ਫਿਰ ਸੱਜਣਾ ਮਿੱਤਰਾਂ ਦੀ ਗੱਲ ਆ। ਤੁਸੀਂ ਮੋਸਟਲੀ ਫੋਟੋਆਂ ਜਿਹੜੀਆਂ ਮੇਰੀਆਂ ਦੇਖੀਆਂ ਉਹਨੇ, ਉਹਦੇ ਵਿੱਚ ਸੱਜਣ ਮਿੱਤਰ ਹਮੇਸ਼ਾ ਹੀ ਮੂਹਰੇ ਰਹਿੰਦੇ ਨੇ ਅਤੇ ਮੈਂ ਇਸ ਗੱਲ ਦੇ ਵਿੱਚ ਬਿਲੀਵ ਕਰਦਾ ਵੀ ਜਿਹੜੇ ਯਾਰ ਦੋਸਤ ਨੇ ਉਹ ਤੁਹਾਡੀਆਂ ਸੱਜੀਆਂ ਖੱਬੀਆਂ ਬਾਹਾਂ ਨੇ, ਆਲਵੇਜ਼ ਦੇਅਰ ਫੋਰ ਯੂ। ਸੋ ਥੈਂਕ ਯੂ ਗਾਇਜ਼, ਜਿੰਨੇ ਵੀ ਮੇਰੇ ਸੱਜਣ ਮਿੱਤਰ ਆ ਮੇਰੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਨਾਲ ਰਹੇ ਨੇ, ਨਾਲ ਹੀ ਰਹੋ, ਯਾਰੀਆਂ ਬਣਾਈ ਰੱਖੀ ਯਾਰੀਆਂ। ਸੋ ਥੈਂਕ ਯੂ ਗਾਇਜ਼, ਆਈ ਹੋਪ ਯੂ ਗਾਇਜ਼ ਲਾਈਕ ਮਾਈ ਪਿਕਚਰਸ, ਮਾਈ ਫਰੈਂਡਸ, ਮਾਈ ਗੁਰੂ ਜੀ, ਐਂਡ ਆਫ ਕੋਰਸ ਮਾਈ ਲਿਟਲ ਬੋਏ, ਲਿਟਲ ਜੇ ਬੀ। ਥੈਂਕ ਯੂ ਸੋ ਮੱਚ।